ਸਿੱਧੂ ਮਸੇਵਾਲਾ ਕਤਲकांड ਦੇ ਵਿੱਚ 골ਡੀ ਬਰਾੜ ਦੇ ਜੀਜੇ ਗੋਰਾ ਤੇ ਲਾਰੈਂਸ ਬਿਸ਼ਨੋਏ ਨੂੰ ਆਮੋ ਸਾਹਮਣੇ ਬਿਠਾ ਕੇ ਅੱਜ ਪੁੱਛ ਪੜਤਾਲ ਕੀਤੀ ਗਈ ਪਰ ਹਾਲੇ ਤੱਕ ਪੁਲਿਸ ਕਿਸੇ ਸਿਰੇ ਤੱਕ ਨਹੀਂ ਪਹੁੰਚ ਸਕੀ ਹੈ। ਮਾਪੇ ਉਡੀਕ ਹੀ ਰਹੇ ਨੇ ਕਿ ਪੁਲਿਸ ਕਦੋਂ ਪੁੱਤ ਦੇ ਸਾਵੇਂ ਕਾਤਲਾਂ ਤੱਕ ਪਹੁੰਚੂ। ਅੱਜ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਮੁਹਾਲੀ ਸਥਿਤ ਆਪਣੇ ਪੁੱਤ ਦੇ ਸਟੂਡੀਓ ਵਿੱਚ ਵੀ ਪਹੁੰਚੇ। ਸ਼ਾਇਦ ਪਿਤਾ ਆਪਣੇ ਪੁੱਤ ਦੇ ਕਿਸੇ ਅਧੂਰੇ ਪਏ ਕੰਮ ਨੂੰ ਕਰਕੇ ਉਸ ਦੀ ਰੂਹ ਨੂੰ ਸੁੱਖ ਪਹੁੰਚਾਉਣਾ ਚਾਹੁੰਦਾ ਹੋਵੇ। ਸੰਗਰੂਰ ਜ਼ਿਮਨੀ ਚੌਣ ਮੌਕੇ ਭਗਵੰਤ ਮਾਨ ਨੇ ਧਮਕੀਆਂ ਦੇਣ ਆਲਿਆਂ ਨੂੰ ਲਲਕਾਰਿਆ ਹੈ ਕਿ ਕਹ ਹੈ ਦੱਸਾਂਗੇ ਸੁਖਬੀਰ ਸਿੰਘ ਬਾਦਲ ਫੇਰ ਮਾਨਸਾਬ ਨੂੰ ਸੀਟ ਛੱਡਣ ਦੀ ਅੱਜ ਅਪੀਲ ਕਰਦੇ ਦੇਖੇ ਗਏ ਭਾਈ ਰਾਜਵਾਨਾ ਨੇ ਆਪਣੀ ਭੈਣ ਕਮਲਦੀਪ ਕੌਰ ਦੇ ਹੱਕ ਵਿੱਚ ਜੇਲ੍ਹੋਂ ਇੱਕ ਵੱਡੀ ਚਿੱਠੀ ਪੰਥ ਦੇ ਨਾਮ ਲਿਖੀ ਹੈ ਪਰ ਹਵਾ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਦਿਖਾਈ ਦੇ ਰਹੀ ਹੈ ਚੰਡੀਗੜ੍ਹ ਦੇ ਵਿੱਚ ਅੱਜ ਪੁਲਿਸ ਨੇ ਕਾਂਗਰਸੀਆਂ ਨੂੰ ਜਲ ਤੋਪਾਂ ਦੇ ਨਾਲ ਧੋ ਦਿੱਤਾ ਅਗਨੀ ਪਾਥ ਪ੍ਰਤੀ ਸਕੀਮ ਦੇ ਐਲਾਨ ਤੋਂ ਬਾਅਦ ਦੇਸ਼ ਦੇ ਨੌਜਵਾਨ ਬੇਕਾਬੂ ਹੋਏ ਪਏ ਨੇ ਹਰਿਆਣਾ ਰਾਜਸਥਾਨ ਸਮੇਤ ਯੂਪੀ ਬਿਹਾਰ ਵਿੱਚ ਵੀ ਜ਼ਬਰਦਸਤ ਪ੍ਰਦਰਸ਼ਨ ਹੋਏ ਨੇ ਯੂਪੀ ਦੇ ਵਿੱਚ ਫਾਤਿਮਾ ਦਾ ਘਰ ਟਾਉਣ ਤੋਂ ਬਾਅਦ ਜੁਮਮੇ ਦੀ ਨਮਾਜ਼ ਨੂੰ ਲੈ ਕੇ ਸੁਰੱਖਿਆ ਵਧਾਈ ਗਈ ਹੈ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨਕਰ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਅੱਜ ਦੇ ਦਿਨ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਪੰਜਾਬ ਦੀਆਂ ਖਬਰਾਂ ਤੋਂ ਪਰ ਉਸ ਤੋਂ ਵੀ ਪਹਿਲਾਂ ਤੁਹਾਨੂੰ ਪਰਸੋਂ ਦੀ ਲੋਕ ਰਾਏ ਦਾ ਨਤੀਜਾ ਦੱਸ ਦਿੰਨੇ ਆ ਲੋਕ ਰਾਏ ਸੀ ਕਿ ਦਿੱਲੀ ਦੀ ਅਦਾਲਤ ਦੀ ਇਜਾਜ਼ਤ ਤੋਂ ਬਾਅਦ ਲਾਰੈਂਸ ਬਿਸ਼ਨੋਏ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੰਜਾਬ ਲਿਆ ਕੇ ਪੁਛਪੜਤਾਲ ਕੀਤੀ ਜਾਊਗੀ ਇਹ ਪਰਸੋਂ ਦੀ ਲੋਕ ਰਾਏ ਸੀ ਬਲਕਿ ਹੁਣ ਤਾਂ ਪੁਛਪੜਤਾਲ ਕੀਤੀ ਜਾ ਰਹੀ ਹੈ ਤਾਂ ਅਸੀਂ ਸਵਾਲ ਲੱਗਦਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਪੁੱਛ ਪੜਤਾਲ ਤੋਂ ਬਾਅਦ ਪੁਲਿਸ ਕਿਸੇ ਥੋ ਤੱਕ ਪਹੁੰਚ ਜਾਊਗੀ ਇਸ ਕੇਸ ਦਾ ਹੱਲ ਹੋ ਜਾਊਗਾ ਤਾਂ 65% ਦੇ ਦਰਸ਼ਕਾਂ ਨੇ ਉਮੀਦ ਜਤਾਈ ਹੈ ਆਸ ਜਤਾਈ ਹੈ ਕਿ ਹੋ ਸਕਦਾ ਹੈ ਕਿ ਬਿਸ਼ਨੋਈ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਇਸ ਜਾਂਚ ਦੇ ਸਿਰੇ ਤੱਕ ਪਹੁੰਚ ਜਾਵੇ ਜਦਕਿ 35% ਨੂੰ ਕੋਈ ਆਸ ਦਿਖਾਈ ਨਹੀਂ ਦੇ ਰਹੀ ਅੱਜ ਦੀ ਲੋਕ ਰਾਏ ਹੈ ਕਿ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਕੀ ਲੱਗਦਾ ਤੁਹਾਨੂੰ ਐਤਕੀ ਕੌਣ ਬਾਜ਼ੀ ਮਾਰੂਗਾ ਕੀ ਦਾ ਪਲੜਾ ਭਾਰੀ ਲੱਗ ਰਿਹਾ ਪੰਜ ਕੋਣਾ ਮੁਕਾਬਲਾ ਇੱਥੇ ਬਣਿਆ ਹੋਇਆ ਅਕਾਲੀ ਦਲ ਤੋਂ ਐਮਬੀਬੀ ਕਮਲਦੀਪ ਕੌਰ ਕਾਂਗਰਸ ਤੋਂ ਦਲਬੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਤੋਂ ਗੁਰਮੇਲ ਸਿੰਘ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਅਤੇ ਬੀਜੇਪੀ ਤੋਂ ਜਿਹੜੇ ਕੇਵਲ ਸਿੰਘ ਢਿੱਲੋਂ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਤੁਹਾਨੂੰ ਕੀ ਲੱਗਦਾ ਕੌਣ ਜਿੱਤੂਗਾ ਐਤਕੀ ਤੁਸੀਂ ਨਾਮ ਲਿਖ ਕੇ ਜ਼ਰੂਰ ਸੁਨੇਹਾ ਕੱਲਿਓ ਖਬਰਾਂ ਵਿੱਚ ਸਾਡ ਦੇ ਨਾਲ ਤੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀਆਂ ਸਾਰੀਆਂ ਅਪਡੇਟਸ ਤੁਹਾਨੂੰ ਦੱਸਦੇ ਹਾਂ ਕਤਲ ਨੂੰ 19 ਦਿਨ ਬੀਤ ਚੁੱਕੇ ਨੇ ਪੁਲਿਸ ਦੇ ਹੱਥ ਖਾਲੀ ਨੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ 17 ਦਿਨ ਬੀਤ ਚੁੱਕੇ ਨੇ ਪਰ ਪੁਲਿਸ ਦੇ ਹੱਥ ਲਗਭਗ ਖਾਲੀ ਨੇ ਕੋਈ ਵੀ ਪੁਖਤਾ ਜਾਣਕਾਰੀ ਦੇਣ ਦੇ ਲਈ ਇਸ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਲਗਾਤਾਰ ਕੀਤੀ ਜਾ ਰਹੀ ਹੈ ਉਸ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਕੈਂਪਸ ਆਫਿਸ ਖਰੜ ਦੇ ਵਿੱਚ ਰੱਖਿਆ ਗਿਆ ਹੈ ਹੈੱਡਕੁਆਰਟਰ ਦੇ ਵਿੱਚ ਇਹ ਕੈਂਪਸ ਦਫ਼ਤਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਮੁਹਾਲੀ ਦੀ ਜੂ ਦੇ ਵਿੱਚ ਹੈ ਇਸ ਕਰਕੇ ਇਸ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ ਚੰਡੀਗੜ੍ਹ ਤੇ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਮੁੱਖ ਦਫ਼ਤਰ ਸਮੇਤ ਖੁਫੀਆ ਵਿੰਗ ਐਸਟੀਐਫ ਸਪੈਸ਼ਲ ਆਪਰੇਸ਼ਨ ਸੈੱਲ ਓਕੋ ਸਮੇਤ ਐਂਟੀ ਗੈਂਗਸਟਰ ਸੈੱਲ ਸਥਾਪਿਤ ਨੇ ਤੇ ਡੀਜੀਪੀ ਏਡੀਜੀਪੀ ਆਈਜੀ ਡੀਆਈਜੀ ਸਮੇਤ ਉੱਚ ਅਧਿਕਾਰੀ ਬੈਠਦੇ ਨੇ ਜਿਹੜੇ ਸਮੇਂ-ਸਮੇਂ ਤੇ ਗ੍ਰਿਫਤਾਰ ਅਪਰਾਧੀਆਂ ਤੋਂ ਪੁੱਛ ਪੜਤਾਲ ਕਰ ਸਕਦੇ ਨੇ ਜਾਂ ਆਪਣੀ ਬਾਜ਼ ਅੱਖ ਇਹਨਾਂ ਤੇ ਰੱਖ ਸਕਦੇ ਨੇ ਮਾਨਸਾ ਜਾ ਕੇ ਪੁੱਛ ਪੜਤਾਲ ਕਰਨਾ ਇਹਨਾਂ ਸੌਖਾ ਨਹੀਂ ਹੈ ਇਸ ਕਰਕੇ ਪੁਲਿਸ ਹੈ ਜਿਹੜੀ ਉਹ ਇੱਥੇ ਹੀ ਬਿਸ਼ਨੋਈ ਤੋਂ ਪੁੱਛਗਿਛ ਕਰ ਰਹੀ ਹੈ ਤੇ ਪੁਲਿਸ ਹੁਣ ਪਵਨ ਬਿਸ਼ਨੋਈ ਮੋਨੂ ਡਾਗਰ ਨਸੀਬ ਮਨਪ੍ਰੀਤ ਮੰਨਾ ਗੈਂਗਸਟਰ ਪਾਉ ਨੂੰ ਵੀ ਪੁੱਛ ਪੜਤਾਲ ਦੇ ਲਈ ਲੌਰੈਂਸ ਬਿਸ਼ਨੋਈ ਦੇ ਸਾਹਮਣੇ ਲੈ ਕੇ ਆਉਗੀ ਇਹਨਾਂ ਨੂੰ ਆਮੋ ਸਾਹਮਣੇ ਬਿਠਾ ਕੇ ਕਰਾਸ ਪੁੱਛ ਪੜਤਾਲ ਕੀਤੀ ਜਾਏਗੀ ਇਸ ਕੇਸ ਦੇ ਵਿੱਚ ਦੂਸਰੀ ਅਹਿਮ ਜਾਣਕਾਰੀ ਇਹ ਹੈ ਕੇ ਸੀਆਈਏ ਕੈਂਪਸ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਪੁੱਛ ਪੜਤਾਲ ਦੌਰਾਨ ਗੋਰੇ ਦਾ ਨਾਮ ਲਿਆ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਕੈਨੇਡਾ ਬੈਠੇ ਗੈਂਗਸਟਰ 골ਡੀ ਬਰਾੜ ਦੇ ਜੀਜੇ ਗੁਰਿੰਦਰ ਗੋਰੇ ਨੂੰ ਪੁੱਛ ਪੜਤਾਲ ਦੇ ਲਈ ਪ੍ਰੋਡਕਸ਼ਨ ਵਾਰੰਟ ਤੇ ਆਪਣੀ ਹਿਰਾਸਤ ਵਿੱਚ ਲਿਆ ਹੈ 골ਡੀ ਨੇ ਮੂਸੇਵਾਲੇ ਦੇ ਕਤਲ ਤੋਂ ਮਹਿਜ਼ 2 ਘੰਟੇ ਬਾਅਦ ਉਸ ਨੂੰ ਮਾਰਨ ਦੀ ਜ਼ਿੰਮੇਵਾਰੀ ਲੈ ਲਈ ਸੀ ਨਾਲ ਹੀ ਲਾਰੈਂਸ ਬਿਸ਼ਨੋਈ ਤੇ ਉਸ ਦੇ ਸਾਥੀਆਂ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਮੂਸੇਵਾਲੇ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਸੀ ਬਿਸ਼ਨੋਈ ਹੀ ਇਸ ਪੂਰੇ ਘਟਨਾਕਰਮ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਉਸਨੇ ਇਹ ਵੀ ਕਿਹਾ ਸੀ ਲਾਰੈਂਸ ਬਿਸ਼ਨੋਈ ਨੇ ਪਤਾ ਲੱਗਿਆ ਹੈ ਕਿ ਉਸਨੇ ਆਪਣੇ ਕਾਲਜ ਸਮੇਂ ਦੇ ਮਿੱਤਰ ਵਿਕਰਮਜੀਤ ਸਿੰਘ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲਿਆ ਹੈ ਗੋਰਾ ਅਪਰਾਧਿਕ ਮਾਮਲੇ ਵਿੱਚ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਹੈ ਉਸ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਕਰੀਬ 9 ਕੇਸ ਦਰਜ ਨੇ ਇਸ ਪੁੱਛਗਿੱਛ ਦੇ ਵਿੱਚ ਕਹਿੰਦੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਪੰਜਾਬ ਹਰਿਆਣਾ ਬਾਰਡਰ ਤੇ ਟੋਆ ਪੁੱਟ ਕੇ ਜ਼ਮੀਨ ਦੇ ਵਿੱਚ ਹਥਿਆਰ ਦੱਬ ਦਿੱਤੇ ਸੀ ਇਹ ਹਮ ਸਿਰਾਗ ਮਿਲੰਦਾ ਦਾਵਾ ਸੂਤਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਹਮਲਾਵਰਾਂ ਨੇ ਪੰਜਾਬ ਹਰਿਆਣਾ ਬਾਰਡਰ ਤੇ ਕੋਈ ਸੇਫ ਸੁਰੱਖਿਅਤ ਥਾਂ ਦੇਖ ਕੇ ਉਥੇ ਟੋਆ ਪੁੱਟ ਕੇ ਸਾਰੇ ਹਥਿਆਰ ਮਿੱਟੀ ਵਿੱਚ ਦਬ ਦੇ ਦਿੱਤੇ ਸੀ ਕਿਉਂਕਿ ਜੇ ਹਥਿਆਰਾਂ ਸਵੇਤ ਫਰਾਰ ਹੁੰਦੇ ਤਾਂ ਉਹਨਾਂ ਦੇ ਫੜੇ ਜਾਣ ਦਾ ਡਰ ਸੀ ਸੋ ਪੂਰੀ ਪਲੈਨਿੰਗ ਦੇ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਸਟੇਟਸ ਰਿਪੋਰਟ ਵੀ ਜਾਰੀ ਕਰ ਦਿੱਤੀ ਹੈ ਰਿਪੋਰਟ ਦੇ ਹਿਸਾਬ ਨਾਲ ਦੇਖੀਏ ਤਾਂ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹੀ ਮਾਸਟਰਮਾਈਂਡ ਮੰਨਿਆ ਹੈ ਇਸ ਮਾਮਲੇ ਦੇ ਵਿੱਚ ਚਾਰ ਸ਼ਾਰਪ ਸ਼ੂਟਰਾਂ ਦੀ ਹੁਣ ਤੱਕ شناخت ਹੋਈ ਹੈ 10 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਵੱਲੋਂ ਜਾਰੀ ਸਟੇਟਸ ਰਿਪੋਰਟ ਦੇ ਵਿੱਚ ਕਿ ਆ ਗਿਆ ਕਿ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਸਾਜ਼ਿਸ਼ ਜਨਵਰੀ ਦੇ ਵਿੱਚ ਬਣਾਈ ਗਈ ਸੀ ਪੁਲਿਸ ਦੇ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜਦੋਂ ਤੋਂ ਹਿਰਾਸਤ ਵਿੱਚ ਲਿਆ ਹੈ ਯਾਨੀ ਕਿ 15 ਤਰੀਕ ਤੜਕੇ ਤੋਂ ਲੈ ਕੇ ਹਿਰਾਸਤ ਵਿੱਚ ਲੈ ਕੇ ਪੁੱਛ ਪੜਤal ਕੀਤੀ ਜਾ ਰਹੀ ਹੈ ਤਾਂ ਪੁਲਿਸ ਕਈ ਜਿਹੜੀਆਂ ਜਾਣਕਾਰੀਆਂ ਨੇ ਉਹ ਬਾਹਰ ਕੱਢ ਰਹੀ ਹੈ ਹਾਲਾਂਕਿ ਇਹ ਸਟੇਟਸ ਰਿਪੋਰਟ ਦੇ ਵਿੱਚ ਜੋ ਜਾਣਕਾਰੀ ਦਿੱਤੀ ਗਈ ਹੈ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ ਤੇ ਪੁਲਿਸ ਨੂੰ ਹੁਣ ਇਸ ਮਾਮਲੇ ਦੀਆਂ ਕੜੀਆਂ ਜੁੜਦੀਆਂ ਦਿਖਾਈ ਦੇ ਰਹੀਆਂ ਨੇ ਹਾਲਾਂਕਿ ਪੁਲਿਸ ਨੇ ਇਸ ਸੰਬੰਧੀ ਕੋਈ ਵੀ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ ਸਟੇਟਸ ਰਿਪੋਰਟ ਤੋਂ ਇਲਾਵਾ ਪਰ ਫਿਰ ਵੀ ਕੁਝ ਨਿੱਜੀ ਚੈਨਲ ਆਪੋ ਆਪਣੇ ਆਧਾਰ ਤੇ ਦਾਅਵੇ ਕਰ ਰਹੇ ਨੇ ਕਿ ਲਾਰੈਂਸ ਬਿਸ਼ਨੋਈ ਕਈ ਰਾਜ਼ ਉਗਲ ਰਿਹਾ ਹੈ ਪੰਜਾਬ ਪੁਲਿਸ ਸਾਹਮਣੇ CIA ਸਟਾਫ ਦੇ ਸਾਹਮਣੇ ਤੇ ਨਿੱਜੀ ਚੈਨਲਾਂ ਤੇ ਜੋ ਸੂਤਰਾਂ ਦੇ ਆਧਾਰ ਤੇ ਜਾਣਕਾਰੀ ਚਲਾਈ ਜਾ ਰਹੀ ਹੈ ਉਸ ਦੇ ਮੁਤਾਬਿਕ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਲਾਰੈਂਸ ਬਿਸ਼ਨੋਈ ਪਹਿਲਾਂ ਤਾਂ ਆਪਣੀ ਜ਼ੁਬਾਨ ਨਹੀਂ ਖੋਲ ਰਿਹਾ ਸੀ ਜਦੋਂ ਪੁਲਿਸ ਨੇ ਦਬਾਅ ਬਣਾਇਆ ਤਾਂ ਹੁਣ ਉਹ ਕਾਫੀ ਕੁਝ ਉਗਲਣ ਲੱਗ ਪਿਆ ਹੈ ਉਹਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਉਹਨਾਂ ਦੇ ਨਿਸ਼ਾਨੇ ਤੇ ਹੈ ਹੀ ਨਹੀਂ ਸੀ ਮੋਹਾਲੀ ਦੇ ਵਿੱਚ ਜਦੋਂ ਵਿੱਕੀ ਮਿੱਡੂ ਖੇੜਾ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਕਹਿੰਦੇ ਮੂਸੇਵਾਲਾ ਉਹਨਾਂ ਦੇ ਗਰੁੱਪ ਦੇ ਨਿਸ਼ਾਨੇ ਤੇ ਆਇਆ ਕਿਉਂਕਿ ਜਿਹੜਾ ਹੈਗਾ ਵਿੱਕੀ ਮਿੱਡੂ ਖੇੜਾ ਕਤਲ ਦੇ ਵਿੱਚ ਮਦਦ ਕਰਨ ਵਾਲਾ ਨੌਜਵਾਨ ਸ਼ਗਨਪ੍ਰੀਤ ਉਹ ਉਹ ਦੱਸ ਰਹੇ ਨੇ ਕਿ ਇਹ ਸਿੱਧੂ ਮੂਸੇਵਾਲੇ ਦਾ ਮੈਨੇਜਰ ਹੁੰਦਾ ਸੀ ਸ਼ਗਨਪ੍ਰੀਤ ਨੂੰ ਸਿੱਧੂ ਮੂਸੇਵਾਲੇ ਨੇ ਵਿਦੇਸ਼ ਭੇਜ ਦਿੱਤਾ ਇਸ ਕਰਕੇ ਹੁਣ ਸਾਡਾ ਗਰੁੱਪ ਹੈ ਕਹਿੰਦੇ ਮੂਸੇਵਾਲੇ ਦੇ ਖਿਲਾਫ ਹੋ ਗਿਆ ਸੀ ਕਹਿੰਦੇ ਬਿਸ਼ਨੋਈ ਨੇ ਇਸ ਗੱਲ ਨੂੰ ਵੀ ਕਬੂਲ ਲਿਆ ਹੈ ਕਿ ਕੈਨੇਡਾ ਬੈਠਾ ਗੈਂਗਸਟਰ 골ਡੀ ਬਰਾੜ ਉਸ ਦੇ ਸੰਪਰਕ ਦੇ ਵਿੱਚ ਹੈ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਉਸ ਦੇ ਨਾਲ ਸੰਪਰਕ ਦੇ ਵਿੱਚ ਸੀ ਤੇ ਪੁੱਛਗਿੱਛ ਦੇ ਵਿੱਚ ਉਸ ਨੇ ਗੋਰੇ ਦਾ ਜ਼ਿਕਰ ਕੀਤਾ ਤਾਂ ਪੁਲਿਸ ਨੇ ਉਸ ਨੂੰ ਤੁਰੰਤ ਵਾਰੰਟ ਤੇ ਲੈ ਆਂਦਾ ਸੋ ਇਸਕਾ ਕਾਣ ਦੇ ਵਿੱਚ ਹਾਲੇ ਵੀ ਉਹੀ ਸਵਾਲ ਉਵੇਂ ਦਾ ਉਵੇਂ ਖੜਾ ਹੈ ਕਿ ਅਸਲੀ ਕਾਤਲ ਕੌਣ ਹੈ ਅਤੇ ਪੁਲਿਸ ਉਹਨਾਂ ਨੂੰ ਕਦੋਂ ਤੱਕ ਦਬੋਚ ਲਏਗੀ ਸੰਗਰੂਰ ਦੀ ਲੋਕ ਸਭਾ ਜਿਮਨੀ ਚੋਣ ਦੀ ਗੱਲ ਕਰ ਲਈਏ ਤਾਂ ਇੱਥੇ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਆਮ ਆਦਮੀ ਪਾਰਟੀ ਸਣੇ ਬੀਜੇਪੀ ਕਾਂਗਰਸ ਸ਼੍ਰਮਣੀ ਕਾਲੇ ਦਲ ਬਾਦਲ ਅਤੇ ਸ਼੍ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਧੌੜ ਪਹੁੰਚੇ ਸੰਗਰੂਰ ਦੇ ਪਧੌੜ ਵਿੱਚ ਉਹਨਾਂ ਨੇ ਰੋਡ ਸ਼ੋਅ ਕੱਢਿਆ ਅਤੇ ਆਪਣੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਭਗਵੰਤ ਮਾਨ ਨੇ ਇਸ ਮੌਕੇ ਸਿੱਖ ਕੈਦੀਆਂ ਦੀ ਰਿਹਾਈ ਦੇ ਮੁੱਦੇ ਤੇ ਵਿਰੋਧੀਆਂ ਨੂੰ ਘੇਰਿਆ ਅਤੇ ਇਹ ਵੀ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਚੋਂ ਬਾਹਰ ਕੱਢਿਆ ਜਾਵੇ ਰਿਹਾ ਕੀਤਾ ਜਾਵੇ ਕਹਿੰਦੇ ਜਦੋਂ 10 ਸਾਲ ਅਕਾਲੀਆ ਦੀ ਸਰਕਾਰ ਸੀ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਇਹਨਾਂ ਨੇ ਕਿਉਂ ਨਹੀਂ ਕੀਤੀ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰੀਆਂ ਨੂੰ ਵੀ ਨਹੀਂ ਬਖਸ਼ਿਆ ਕਹਿੰਦੇ ਮੇਰੇ ਕੋਲ ਇਹਨਾਂ ਦੀ ਲੰਬੀ ਲਿਸਟ ਹੈ ਕਈਆਂ ਦੇ ਅੰਦਰ ਜਾਣ ਦੀ ਤਿਆਰੀ ਹੈ ਤੇ ਕਈਆਂ ਦੀ ਵਾਰੀ ਆ ਗਈ ਹੈ ਰੰਗਲੇ ਪੰਜਾਬ ਦੇ ਸੁਪਨੇ ਦੀ ਫੇਰ ਕੀਤੀ ਦਾਵਾ ਕੀਤਾ ਕਿ ਅਸੀਂ ਆਪਣਾ ਹਰ ਵਾਦਾ ਪੂਰਾ ਕਰ ਰਹੇ ਹਾਂ ਤੇ ਸਾਰੇ ਪੂਰੇ ਕਰਾਂਗੇ ਕਹਿੰਦੇ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਉਹਨਾਂ ਦੀਆਂ ਜੇਬਾਂ ਚੋਂ ਕੱਢ ਕੇ ਲਿਆਵਾਂਗੇ ਪੰਜਾਬੀਆਂ ਨੂੰ ਦੇਵਾਂਗੇ ਭਗਵੰਤਪਾਨ ਨੇ ਵੀ ਕਿਹਾ ਕਿ ਮੈਨੂੰ ਰੋਜ਼ ਧਮਕੀਆਂ ਆਉਂਦੀਆਂ ਨੇ ਮੈਂ ਕਹਿੰਨਾ ਹੈ ਕਿ ਅੱਜ ਨਹੀਂ ਕੱਲ ਮੈਨੂੰ ਤੁਸੀਂ ਮਾਰ ਦਿਓ ਜਦੋਂ ਮਾਰਨਾ ਹੈ ਉਦੋਂ ਮਾਰ ਦਿਓ ਪਰ ਮੈਂ ਪੰਜਾਬ ਦਾ ਕੰਮ ਕਰਦਾ ਰਹਾਂਗਾ ਮੈਂ ਚਾਹੁੰਦਾ ਇਹ ਮੇਰੀ ਮੈਂ ਚਾਹੁੰਦਾ ਕਿ ਜਿੰਨੇ ਵੀ ਸਜ਼ਾਵਾਂ ਪੂਰੀਆਂ ਹੋ ਗਈਆਂ ਬਾਹਰ ਹੋਣ ਚਾਹੀਦੀਆਂ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਅੰਦਰ ਭੇਜਿਆ ਉਹੀ ਕਾਨੂੰਨ ਇਹ ਵੀ ਕਹਿੰਦਾ ਕਿ ਇੰਨੇ ਚਿਰੇ ਤੋਂ ਬਾਹਰ ਆ ਜਾਏਗਾ ਨਹੀਂ ਚਾਹਣਾ ਹੱਕ ਜਾਂ ਗੱਲ ਪੰਜਾਬ ਦੇ ਨਹੀਂ ਤਾਮਨੀਆਡੀ ਦੇ ਗੁਜਰਾਤ ਦੇ ਬਹੁਤ سارے ਲੋਕ ਬੈਠੇ ਜਿਨ੍ਹਾਂ ਚ ਜਿਨ੍ਹਾਂ ਦੀ ਜੇਲਾ ਦੀ ਸਜ਼ਾ ਪੂਰੀ ਹੋ ਗਈ ਪਰ ਨਹੀਂ ਬਾਹਰ ਕੀਤੇ ਪਰ ਇਹ ਝੋੜੇ ਹੈ ਕਿ ਉਹਨਾਂ ਨੂੰ ਐਮਟੀ ਬਣਾਓ ਕੀ ਕਰਾਂਗੇ ਇੱਕ ਹੀ ਗੱਲ ਹੈ ਇਹ ਗੱਲ ਹੈ ਤੇ ਦੂਜਾ ਸਿਰ ਮਰਜੀਦਾਨ ਉਹ ਤਲਵਾਰ ਚੱਕੀ ਫਿਰਦਾ ਉਹ ਕਾ ਚੱਕਦਾਂਗੇ ਫੱਟੇ ਤਲਵਾਰਾਂ ਨਾਲ ਯਾਰ ਅਸੀਂ ਪਿਆਰ ਦੀ ਗੱਲ ਕਰਦੇ ਆਂ ਤਲਵਾਰ ਦੀ ਗੱਲ ਕਰਦੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਫੇਰੀ ਦਰਮਿਆਨ ਆਪਣਾ ਹੀ ਉਹਨਾਂ ਦਾ ਹਲਕਾ ਹੈ ਆਪਣਾ ਹੀ ਜ਼ਿਲ੍ਹਾ ਹੈ ਜਦੋਂ ਸੰਗਰੂਰ ਪਹੁੰਚੇ ਭਗਵੰਤ ਮਾਨ ਤਾਂ ਇੱਥੇ ਕੁਝ ਅਜਿਹੇ ਨਜ਼ਾਰੇ ਵੇਖਣ ਨੂੰ ਮਿਲਿਆ ਜਿਸ ਦੀ ਕਿਸੇ ਨੂੰ ਉਮੀਦ ਹੀ ਨਹੀਂ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਿੰਨਾ ਸਮਾਂ ਐਮਪੀ ਰਹੇ ਨੇ ਕਦੇ ਪੰਜਾਬ ਦੀਆਂ ਸੜਕਾਂ ਤੇ ਇਹਨਾਂ ਦੇ ਵਿਰੋਧ ਵਿੱਚ ਕੋਈ ਨਹੀਂ ਉਤਰਿਆ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਤਾਂ 3 ਮਹੀਨਿਆਂ ਦੇ ਦਰਮਿਆਨ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਾਲੇ ਇੱਥੇ ਝੜਪ ਹੋਈ ਹੈ ਨਨਕਾਣਾ ਚੌਕ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਰਦਾਬਾਦ ਦੇ ਨਾਅਰੇ ਲੱਗਦੇ ਸੁਣੇਗੇ ਇੱਥੇ ਦਰਅਸਲ ਪੰਜਾਬ ਭਰ ਤੋਂ ਬੇਰੁਜ਼ਗਾਰ ਨੌਜਵਾਨ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸੀ ਰੋਜ਼ਗਾਰ ਦੀ ਮੰਗ ਕਰ ਰਹੇ ਸੀ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸੀ ਮੰਗ ਪੱਤਰ ਦੇਣਾ ਚਾਹੁੰਦੇ ਸੀ ਪਰ ਸੰਭਵ ਨਹੀਂ ਹੋ ਸਕਿਆ ਤੇ ਇਸ ਤਰ੍ਹਾਂ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜ ਜਿਤੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਾਫਲਾ ਜਾ ਰਿਹਾ ਹੈ ਲੰਘਿਆ ਜਾ ਰਿਹਾ ਹੈ ਤਾਂ ਪੁਲਿਸ ਪ੍ਰਸ਼ਾਸਨ ਵੀ ਉੱਥੇ ਤਾਇਨਾਤ ਹੈ ਪੁਲਿਸ ਵੀ ਖੜੀ ਹੈ ਤੇ ਨਾਲ ਲੋਕ ਵੀ ਆਮ ਲੋਕ ਮੁੱਖ ਮੰਤਰੀ ਮਾਨ ਦਾ ਵਿਰੋਧ ਕਰਦੇ ਸੁਣਾਈ ਤੇ ਦਿਖਾਈ ਦਿੰਦੇ ਨੇ ਗੱਲਾਂ ਲੈ ਇਸ ਜ਼ਿਮਨੀ ਚੋਣ ਦਰਮਿਆਨ ਸਿਆਸੀ ਪਾਰਟੀਆਂ ਵਿੱਚ ਸ਼ੁਰੂ ਹੋਈ ਸ਼ਬਦੀ ਜੰਗ ਉਸ ਵਕਤ ਸਿਖਰਾਂ ਤੇ ਪਹੁੰਚ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਕਮਲਦੀਪ ਕੌਰ ਨੇ ਸਿਮਰਨਜੀਤ ਸਿੰਘ ਮਾਨ ਉੱਤੇ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਗਾਂਧੀ ਪਰਵਾਦ ਦੇ ਹੱਕ 'ਚ ਬਿਆਨ ਦੇਣ ਤੇ ਸਖਤ ਇਤਰਾਜ਼ ਪ੍ਰਗਟ ਕੀਤਾ। ਉਹਨਾਂ ਨੇ ਮਾਨ ਤੇ ਹੋਰ ਵੀ ਕਈ ਸਾਰੇ ਸਵਾਲ ਖੜੇ ਕੀਤੇ। ਮਾਨ ਸਾਹਿਬ ਜੀ ਅਸੀਂ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਰਦੇ ਕਿ ਤੁਸੀਂ ਕਾਤਲ ਗਾਂਧੀ ਪਰਿਵਾਰ ਦੇ ਨਾਲ ਇਨੀ ਹਮਦਰਦੀ ਪ੍ਰਗਟ ਕਰੋਗੇ। ਤਹਾਨੂੰ ਰਾਹੁਲ ਗਾਂਧੀ ਦੇ ਕਰਪਸ਼ਨ ਦੇ ਕੇਸ ਦੇ ਵਿੱਚ ਜੋ ਰਾਹੁਲ ਗਾਂਧੀ ਦੀ ਪੁੱਛਗਿੱਛ ਹੋਈ ਆ ਤੁਹਾਨੂੰ ਉਹਦੇ ਮਨੁੱਖੀ ਅਧਿਕਾਰਾਂ ਦਾ ਫਿਕਰ ਹੈ ਤੁਹਾਨੂੰ ਕਾਤਲ ਗਾਂਧੀ ਪਰਿਵਾਰ ਦੇ ਨਾਲ ਇੰਨੀ ਹਮਦਰਦੀ ਹੈ ਕਿ ਤੁਸੀਂ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰ ਰਹੇ ਹੋ ਤੁਹਾਨੂੰ ਉਹਨਾਂ ਦੇ ਸਿਰਫ ਇੱਕ ਪੁੱਛਗਿੱਛ ਕਰਨ ਦੇ ਨਾਲ ਹੀ ਤੁਹਾਨੂੰ ਉਹਨਾਂ ਦਾ ਦਰਦ ਮਹਿਸੂਸ ਹੋ ਰਿਹਾ ਹੈ ਜੇ ਤੁਸੀਂ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੁੰਦੇ ਜੇ ਤੁਸੀਂ ਸ਼੍ਰੀ ਕਾਲਤਕ ਸਾਹਿਬ ਜੀ ਦੇ ਢਾਢੇਰੀ ਦਰਦ ਨੂੰ ਮਹਿਸੂਸ ਕਰਦੇ ਹੁੰਦੇ ਸਾਡੇ ਉਜੜੇ ਹੋਏ ਘਰਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੁੰਦੇ ਤਾਂ ਮਾਨ ਸਾਹਿਬ ਜੀ ਤੁਸੀਂ ਇਹ ਬਿਆਨ ਨਹੀਂ ਸੀ ਦੇਣਾ ਤੁਸੀਂ ਸਾਡੇ ਬਜ਼ੁਰਗੋਂ ਅਸੀਂ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਰਦੇ ਮਤਵਾਜੀ ਜਥੇਦਾਰ ਭਾਈ ਹਵਾਰਾ ਕਮੇਟੀ ਦੇ ਮੈਂਬਰ ਅਤੇ ਉਹਨਾਂ ਦੇ ਧਰਮ ਪਿਤਾ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਨੇ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਭਰਵੀ ਹਮਾਇਤ ਕਰਨ ਦਾ ਸੁਨੇਹਾ ਲਾ ਦਿੱਤਾ ਉਹਨਾਂ ਨੇ ਕਿ ਮਾਨ ਘਟ ਗਣਤੀ ਕੌਮਾਂ ਤੇ ਮਨੁੱਖੀ ਖੇਤਕਾਰਾਂ ਦੇ ਹੱਕ ਵਿੱਚ ਡਟ ਕੇ ਲੜਦੇ ਰਹੇ ਨੇ ਇਸ ਕਰਕੇ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਣਾ ਜ਼ਰੂਰੀ ਹੋ ਗਿਆ ਉਹਨਾਂ ਨੇ ਬਿਆਨ ਤਿਹਾਰ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦੇ ਹਵਾਲੇ ਦੇ ਨਾਲ ਦਿੱਤਾ ਹੈ ਸੋ ਇੱਥੇ ਸਥਿਤੀ ਕਸੂਤੀ ਬਣਦੀ ਜਾ ਰਹੀ ਹੈ ਇੱਕ ਪਾਸੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਕਮਲਦੀਪ ਕ ਦੇ ਵਿੱਚ ਹੈ ਪਰ ਉਹਨਾਂ ਨੂੰ ਅਕਾਲੀ ਦਲ ਨੇ ਮੈਦਾਨ ਵਿੱਚ ਉਤਾਰਿਆ ਹੈ ਦੂਸਰੇ ਪਾਸੇ ਸਿਮਰਨਜੀਤ ਸਿੰਘ ਮਾਨ ਜਿਹੜੇ ਅੱਜ ਤੱਕ ਇੱਕੋ ਹੀ ਪਾਰਟੀ ਦੇ ਨਾਲ ਰਹੇ ਨੇ ਇੱਕ ਹੀ ਏਜੰਡੇ ਤੇ ਚੱਲਦੇ ਆ ਰਹੇ ਨੇ ਉਹ ਹੈ ਖਾਲਿਸਤਾਨ ਖਾਲਿਸਤਾਨ ਦਾ ਮੁੱਦਾ ਪੰਜਾਬ ਦੀ ਆਜ਼ਾਦੀ ਦਾ ਮੁੱਦਾ ਲੈ ਕੇ ਉਹ ਚੱਲ ਰਹੇ ਨੇ ਤੇ ਐਤਕੀ ਸੰਗਰੂਰ ਵਿਧਾਨ ਸਭਾ ਮਾਫ ਕਰਨਾ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਵਿੱਚ ਵੀ ਉਹਨਾਂ ਦੀ ਖਾਸੀ ਚਰਚਾ ਹੋ ਰਹੀ ਹੈ ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਆਉਂਦਾ ਹੈ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਤੋਂ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਕਮਲਦੀਪ ਕੌਰ ਰਾਜਵੜਾ ਦੇ ਹੱਕ ਵਿੱਚ ਮਾਨ ਆਪਣਾ ਆਪਣੀ ਸੀਟ ਹੈ ਜਿਹੜੀ ਉਹ ਛੱਡ ਦੇਣ ਉਹਨਾਂ ਨੇ ਕਿਹਾ ਕਿ ਸਾਰਿਆਂ ਧਿਰਾਂ ਨੂੰ ਇਕੱਠੀਆਂ ਹੋ ਕੇ ਚੋਣ ਲੜਨੀ ਚਾਹੀਦੀ ਹੈ ਮਾਨ ਸਾਹਿਬ ਬੰਦੀ ਸਿੰਘ ਪਰਿਵਾਰ ਉਹ ਲੋਕ ਹੈ ਜਿਨ੍ਹਾਂ ਨੇ ਉਸ ਟਾਈਮ ਦੇ ਜਜ਼ਬਾਤ ਚਾਕੇ 22 ਸਾਲ ਦੀ ਉਮਰ ਸੀ ਥੇਲਾਂ ਛਲੇ ਬਤਸੀ ਸਾਲ ਹੋ ਗਏ ਜਿਵੇਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜੇਲ੍ਹ ਚੋਂ ਛੁੜਾਇਆ ਅੱਜ ਆ ਵੀ ਪਰਵਾਹ ਚਾਉਂਦੇ ਸਾਨੂੰ ਬਾਹਰ ਛੁੱਟਣ ਤੇ ਮਾਨਸਾ ਨੂੰ ਬੇਨਤੀ ਹੈ ਤੁਸੀਂ ਜਾਣ ਕੇ ਵੋਟਾਂ ਨਾ ਖਰਾਬ ਕਰੋ ਅੱਜ ਵੀ ਤੁਸੀਂ ਮੈਦਾਨ 'ਚ ਵੱਡੀ ਸਿਕਾ ਦੇ ਹੱਕ ਚ ਆ ਜਾਓ ਮੈਂ ਕਾਲੀ ਦਲ ਦਾ ਪ੍ਰਧਾਨ ਵਾਦਾ ਕਰਦਾ ਤੁਹਾਨੂੰ 2024 ਜਿੱਥੇ ਲੜਨਾ ਚਾਹੋ ਤੁਸੀਂ ਸਮੁੱਚਾ ਕਾਲੀ ਦਲ ਤੁਹਾਡੀ ਸਪੋਰਟ ਕਰੂਗਾ ਤੁਹਾਨੂੰ ਚਿਤਾਊਗਾ ਐਕਤੀ ਤੁਸੀਂ ਮੈਦਾਨ ਤੋਂ ਹਟ ਕੇ ਇਸੇ ਦਰਮਿਆਨ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਪਾਈ ਬਲਵੰਤ ਸਿੰਘ ਰਾਜਵਾਨਾ ਨੇ ਵੀ ਆਪਣੀ ਭੈਣ ਕਮਲਦੀਪ ਕੌਰ ਦੇ ਹੱਕ ਵਿੱਚ ਪੰਥ ਨੂੰ ਚਿਠੀ ਲਿਖੀ ਹੈ ਕਹਿੰਦੇ ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਵਾਲੇ ਗਾਂਧੀ ਪਰਿਵਾਰ ਦੇ ਹੱਥ ਮਜ਼ਬੂਤ ਕਰਨਾ ਹੈ ਭਾਜਪਾ ਨੂੰ ਵੋਟ ਦੇਣ ਦਾ ਮਤਲਬ ਹੈ ਕਿਸਾਨ ਸੰਘਰਸ਼ ਵਿੱਚ 700 ਲੋਕਾਂ ਦੀ ਜਾਨ ਲੈਣ ਵਾਲੇ ਮੋਦੀ ਦੇ ਹੱਥ ਮਜ਼ਬੂਤ ਕਰਨਾ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦਾ ਮਤਲਬ ਹੈ ਪੰਜਾਬ ਦੇ ਫਤਵੇ ਦਾ ਅਪਮਾਨ ਕਰਨ ਵਾਲੇ ਕੇਜਰੀਵਾਲ ਤੇ ਰਾਗਵ ਛੱਡਾ ਦੇ ਹੱਥ ਮਜ਼ਬੂਤ ਕਰਨਾ ਤੇ ਦਿੱਲੀ ਵਿੱਚ ਬਹਿ ਹਮਾਇਤ ਕਰਨਾ ਸਿਮਰਨਜੀਤ ਸਿੰਘ ਮਾਨ ਬਾਰੇ ਕਹਿੰਦੇ ਕੇਂਦਰ ਦੀਆਂ ਏਜੰਸੀਆਂ ਦੇ ਕੋਲ ਹੈ ਮਾਨਤਾ ਕੇਂਦਰ ਦੀਆਂ ਏਜੰਸੀਆਂ ਉਹਨਾਂ ਨੂੰ ਕਿਸੇ ਸਮੇਂ ਸਾਰੇ ਮੁਲਕਾਂ ਦੇ ਵੀਜ਼ੇ ਦੇ ਦਿੰਦੀਆਂ ਸੀ ਤੇ ਹੁਣ 1999 ਤੋਂ ਲੈ ਕੇ ਉਹ ਉਗਰਾਹੀ ਦੀ ਲੜਾਈ ਲੜ ਰਹੇ ਨੇ ਮੇਰੀ ਭੈਣ ਨੂੰ ਵੋਟ ਦਿਓ ਜੋ ਮੇਰੇ ਤੇ ਬਾਕੀ ਸਿੰਘਾਂ ਲਈ ਲਗਾਤਾਰ ਲੜ ਰਹੀ ਹੈ ਲੋਕ ਸਭਾ ਵਿੱਚ ਜਾ ਕੇ ਸਾਡੀ ਆਵਾਜ਼ ਬੁਲੰਦ ਕਰ ਸਕਦੀ ਹੈ ਚਾਰ ਪੰਨਿਆਂ ਦੀ ਚਿੱਠੀ ਪਾਈ ਰਾਜਵਾਨਾ ਨੇ ਭੇਜੀ ਹੈ ਤੇ ਉਧਰ ਸ਼੍ਰਮnik ਕਾਲੀਦਾਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਫਿਰ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕਰਦੇ ਦੇਖੇ ਗਏ ਕਹਿੰਦੇ ਮਾਨ ਸਾਹਿਬ ਰਾਜਵਾਨਾ ਦੀ ਭੈਣ ਦੇ ਹੱਕ ਵਿੱਚ ਕਮਲਦੀਪ ਕੌਰ ਦੇ ਹੱਕ ਦੇ ਵਿੱਚ ਤੁਸੀਂ ਇਹ ਸੀਟ ਛੱਡ ਦਿਓ ਇਕੱਠੇ ਹੋ ਕੇ ਸਾਨੂੰ ਬੰਦੀ ਸਿੰਘਾਂ ਦੀ ਲੜਾਈ ਲੜਨੀ ਚਾਹੀਦੀ ਹੈ ਕਾਂਗਰਸ ਦੇ ਕੌਮੀ ਜਰਨਲਿਸਟਕਤਰ ਰਾਹੁਲ ਗਾਂਧੀ ਖਿਲਾਫ ਈਡੀ ਦੇ ਵੱਲੋਂ ਕਸੇ ਜਾ ਰਹੇ ਸ਼ਿਕੰਜੇ ਦੇ ਖਿਲਾਫ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਵਿੱਚ ਰੋਸ ਮੁਜ਼ਾਹਰਾ ਕੀਤਾ ਕਾਂਗਰਸੀਆਂ ਨੇ ਭਾਜਪਾ ਸਰਕਾਰ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਕਰਨ ਦੇ ਖਿਲਾਫ ਸੈਕਟਰ 35 ਦੇ ਵਿੱਚ ਪ੍ਰਦਰਸ਼ਨ ਕੀਤਾ ਵਿਖਾਵਾਕਾਰੀ ਕਾਂਗਰਸੀ ਰਾਜ ਭਵਨ ਵੱਲੋਂ ਮਾਰਚ ਕਰਨ ਦੇ ਲਈ ਨਿਕਲੇ ਤਾਂ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਪੁਲਿਸ ਨੂੰ ਕਾਂਗਰਸੀਆਂ ਦੀ ਅੱਗੇ ਵਧਣ ਲਈ ਕੀਤੀ ਗਈ ਧੱਕੇਸ਼ਾਹੀ ਰੋਕਣ ਦੇ ਲਈ ਜਲ ਤੋਪਾਂ ਦੀ ਵਰਤੋਂ ਵੀ ਕਰਨੀ ਪਈ ਇਸ ਤੋਂ ਪਹਿਲਾਂ ਚੰਡੀਗੜ੍ਹ ਟਿਊਟোরিয়াল ਕਾਂਗਰਸ ਦੇ ਵਰਕਰ ਨਵੇਂ ਪ੍ਰਧਾਨ ਐਚਐਸ ਲੱਕੀ ਦੀ ਪ੍ਰਧਾਨਗੀ ਹੇਠ ਸੈਕਟਰ 35 ਦੇ ਪਾਰਟੀ ਦਫ਼ਤਰ ਵਿੱਚ ਇਕੱਠੇ ਹੋਏ ਇੱਥੇ ਰਾਜਪਾਣ ਵੱਲੋਂ ਰੋਸ ਮਾਰਚ ਸ਼ੁਰੂ ਕੀਤਾ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਕੇਂਦਰ ਸਰਕਾਰ ਤੇ ਈਡੀ ਦੇ ਵਿਰੁੱਧ ਰੋਸ ਪ੍ਰਦਰਸ਼ਨ ਦੀਆਂ ਖਬਰਾਂ ਲਗਾਤਾਰ ਮਿਲ ਰਹੀਆਂ ਨੇ ਪਿਛਲੇ 3 ਦਿਨਾਂ ਤੋਂ ਰਾਹੁਲ ਗਾਂਧੀ ਤੋਂ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਸੀ ਅਤੇ 17 ਜੂਨ ਨੂੰ ਫੇਰ ਉਨ੍ਹਾਂ ਨੂੰ ਈਡੀ ਨੇ ਤਾਲਬ ਕੀਤਾ ਹੈ ਹੁਣ ਤੱਕ 30 ਘੰਟੇ ਦੀ ਪੁੱਛਪੜਤਾਲ ਕਾਲ ਕੀਤੀ ਜਾ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚੇ ਹੋਏ ਸੀ ਰੋਸ ਮੁਜ਼ਾਰੇ ਦੇ ਵਿੱਚ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਸਮੇਤ ਸਾਰੇ ਕਾਂਗਰਸ ਦੇ ਸੀਨੀਅਰ ਲੀਡਰ ਪਹੁੰਚੇ ਹੋਏ ਸੀ ਇਸ ਸਮੇਂ ਜਦੋਂ વોਟਰ ਕੈਨਨ ਦੀ ਵਰਤੋਂ ਕੀਤੀ ਗਈ ਜਲ ਤੋਪਾਂ ਦੀ ਇਹਨਾਂ ਦੀ ਵਰਤੋਂ ਕੀਤੀ ਗਈ ਤਾਂ ਇਸ ਦੀ ਨਿਖੇਦੀ ਕੀਤੀ ਰਾਜਾ ਵੜਿੰਗ ਨੇ ਹਿੰਦੀ ਦੇ ਵਿੱਚ ਸ਼ੇਅਰ ਲਿਖਦੇ ਹੋਏ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਜਿੰਨਾ ਤੁਸੀਂ ਸਾਨੂੰ ਦਬਾਓਗੇ ਉਹਨਾਂ ਅਸੀਂ ਉੱਤੇ ਉੱਠਦੇ ਜਾਵਾਂਗੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਭਾਰਤੀ ਫੌਜ ਦੇ ਵਿੱਚ ਅਗਨੀ ਪਾਥ ਯੋਜਨਾ ਦਾ ਐਲਾਨ ਕੀਤਾ ਇਸ ਸਕੀਮ ਦੇ ਤਹਿਤ ਜਲ-ਥਲ ਤੇ ਹਵਾਈ ਫੌਜਾਂ ਦੇ ਵਿੱਚ 4 ਸਾਲ ਲਈ ਠੇਕੇ ਤੇ ਫੌਜੀਆਂ ਦੀ ਭਰਤੀ ਕੀਤੀ ਜਾਊਗੀ 25% ਦੀ ਫੌਜੀਆਂ ਨੂੰ ਰੈਗੂਲਰ ਕੀਤਾ ਜਾਊਗਾ ਬਾਕੀਆਂ ਨੂੰ ਨੌਕਰੀ ਛੱਡਣੀ ਪਊਗੀ ਇਸ ਯੋਜਨਾ ਦੇ ਐਲਾਨ ਤੋਂ ਬਾਅਦ ਹੀ ਦੇਸ਼ ਭਰ ਦੇ ਨੌਜਵਾਨ ਸਰਕਾਂ ਤੇ ਉੱtre ਹੋਏ ਨੇ ਅਗਨੀ ਪਾਥ ਯੋਜਨਾ ਦਾ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਵਿਰੋਧ ਹੋ ਰਿਹਾ ਹੈ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਦੂਸਰੇ ਦਿਨ ਵੀ ਪ੍ਰਦਰਸ਼ਨ ਜਾਰੀ ਰਿਹਾ। ਜਹਾਨਾਬਾਦ, ਬਕਸਰ ਤੇ ਨਵਾਦਾ ਵਿੱਚ ਰੇਲਣਾ ਰੋਕੀਆਂ ਗਈਆਂ। ਛਪਰਾ ਤੇ ਮੁਗੇਰ ਵਿੱਚ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਲੱਕੜਾਂ ਅਤੇ ਟਾਇਰ ਸਾੜ ਕੇ ਰੇਲਵੇ ਮਾਰਗ ਤੇ ਹਾਈਵੇ ਤੇ ਆਵਾਜਾਈ ਵਿੱਚ ਵਿਘਨ ਪਾਇਆ। ਜਹਾਨਾਬਾਦ ਤੇ ਬਕਸਰ ਜ਼ਿਲ੍ਹਿਆਂ ਦੇ ਵਿੱਚ ਰੇਲਵੇ ਪਟੜੀਆਂ ਤੇ ਧਰਨਾ ਦਿੱਤਾ ਗਿਆ। ਪਟਨਾ ਗਿਆ ਤੇ ਪਟਨਾ ਬਕਸਰ ਰੇਲ ਮਾਰਗਾਂ ਤੇ ਰੇਲਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ। ਬਿਹਾਰ ਦੇ ਵਿੱਚ ਰੇਲਗੱਡੀਆਂ ਨੂੰ ਅੱਗ ਵੀ ਲਾਈ ਗਈ, ਪੱਥਰਬਾਜ਼ੀ ਵੀ ਕੀਤੀ ਗਈ। ਇਸੇ ਤਰ੍ਹਾਂ ਰੋहतक ਤੋਂ ਇੱਕ ਖਬਰ ਆਈ ਹੈ ਹਰਿਆਣਾ ਦੇ ਰੋहतक ਵਿੱਚ ਫੌਜ ਵਿੱਚ ਭਰਤੀ ਨਾ ਹੋਣ ਤੋਂ ਪਰੇਸ਼ਾਨ ਨੌਜਵਾਨ ਨੇ ਪੀਜੀ ਦੇ ਕਮਰੇ 'ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਜੀਨ ਦੇ ਪਿੰਡ ਲੀ ਜਵਾਨਾ ਦਾ ਰਹਿਣ ਵਾਲਾ ਸਜਨ ਪਿਛਲੇ 2 ਸਾਲਾਂ ਤੋਂ ਦੇਵ ਕਲੋਨੀ ਦੇ ਵਿੱਚ ਪੀਜੀ 'ਚ ਰਹਿ ਕੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਸੀ ਕਾਫੀ ਮਿਹਨਤ ਕਰ ਰਿਹਾ ਸੀ ਫੌਜ 'ਚ ਭਰਤੀ ਹੋਣ ਦਾ ਸੁਪਨਾ ਸੀ ਭਰਤੀ ਪ੍ਰਕਿਰਿਆ 2 ਸਾਲ ਤੋਂ ਵੀ ਵੱਧ ਸਮੇਂ ਤੋਂ ਰੁਕੀ ਹੋਈ ਹੈ ਪਰੇਸ਼ਾਨ ਸੀ ਇਸ ਦੇ ਦਰਮਿਆਨ ਜਦੋਂ ਭਾਰਤ ਸਰਕਾਰ ਦਾ ਇਹ ਨਵਾਂ ਬਿਆਨ ਆਉਂਦਾ ਹੈ ਐਲਾਨ ਆਉਂਦਾ ਹੈ ਤਾਂ ਬਹੁਤ ਹੀ ਸਦਮੇ ਦੇ ਵਿੱਚ ਆ ਗਿਆ ਅਤੇ ਉਸਨੇ ਆਪਣੀ ਜਾਨ ਹੀ ਦੇ ਦਿੱਤੀ ਮੌਕੇ ਤੇ ਰਿਸ਼ਤੇਦਾਰ ਪਰਿਵਾਰ ਵਾਲੇ ਪਹੁੰਚ ਗਏ ਤੇ ਮੰਨਿਆ ਜਾ ਰਿਹਾ ਹੈ ਪਹਿਲੀ ਜਾਂਚ ਦੇ ਵਿੱਚ ਸ਼ੁਰੂਆਤੀ ਜਾਂਚ ਦੇ ਵਿੱਚ ਕਿ ਉਸਨੇ ਖੁਦਕੁਸ਼ੀ ਹੀ ਕੀਤੀ ਹੋ ਸਕਦੀ ਹੈ ਸਚਿੰਦ ਦੇ ਪਿਤਾ ਵੀ ਫੌਜ ਚੋਂ ਸੇਵਾਮੁਕਤ ਨੇ ਇਸੇ ਤਰ੍ਹਾਂ ਹਰਿਆਣਾ ਦੇ ਪਲਵਲ ਦੇ ਵਿੱਚ ਪੁਲਿਸ ਦੀ ਗੱਡੀ ਫੂਕ ਦਿੱਤੀ ਗਈ ਬਿਹਾਰ ਦੇ ਵਿੱਚ ਵੀ ਰੇਲ ਗੱਡੀਆਂ ਨੂੰ ਅੱਗ ਲਾਈ ਗਈ ਪੱਥਰਬਾਜ਼ੀ ਕੀਤੀ ਗਈ ਨੌਜਵਾਨਾਂ ਨੇ ਹਰਿਆਣਾ ਦੇ ਗੁਰੂਗ੍ਰਾਮ ਦੇ ਬਿਲਾਸਪੁਰ ਸਿਧਰਾਂਵਾਲੀ ਖੇਤਰਾਂ ਦੇ ਨਾਲ-ਨਾਲ ਰਿਵਾੜੀ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਗੁਰੂਗ੍ਰਾਮ ਜੈਪੁਰ ਹਾਈਵੇ ਤੇ ਆਵਾਜਾਈ ਰੋਕ ਦਿੱਤੀ ਗਈ ਬਿਲਾਸਪੁਰ ਵਿਚ ਪ੍ਰਦਰਸ਼ਨ ਕੀਤਾ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਾਈਵੇ ਜਾਮ ਹੋਣ ਕਰਕੇ ਬिलासपुर ਚੌਂਕ ਤੋਂ ਆਵਾਜਾਈ ਨੂੰ ਹੋਰ ਪਾਸੇ ਮੋੜ ਦਿੱਤਾ ਗਿਆ ਹਿਮਾਚਲ ਦੇ ਧਰਮਸ਼ਾਲਾ ਤੋਂ ਖਬਰ ਹੈ ਜਿੱਥੇ ਨਰਿੰਦਰ ਮੋਦੀ ਦੇ ਕਾਂਗੜਾ ਦੌਰੇ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਫੌਜ ਵਿੱਚ ਭਰਤੀ ਚਾਹਵਾਂ ਨੌਜਵਾਨਾਂ ਨੇ ਕੇਂਦਰ ਸਰਕਾਰ ਦੀ ਅਗਨੀ ਪਥ ਯੋਜਨਾ ਦੇ ਖਿਲਾਫ ਗੱਗਲ ਹਵਾਈ ਅੱਡੇ ਤੇ ਪ੍ਰਦਰਸ਼ਨ ਕੀਤਾ ਨੌਜਵਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਜਲ-ਥਲ ਤੇ ਹਵਾਈ ਸੈਨਾਵਾਂ ਦੇ ਵਿੱਚ ਰੈਗੂਲਰ ਭਰਤੀ ਨੂੰ ਖਤਮ ਕੀਤਾ ਹੈ ਭਾਜਪਾ ਲੀਡਰਾਂ ਨੇ ਇੱਥੇ ਕਾਂਗਰਸ ਦੀ ਸ਼ੈ ਹੋਣ ਦਾ ਦੋਸ਼ ਦਿੱਤਾ ਕਿ ਕਾਂਗਰਸ ਦੀ ਸ਼ੈ ਨਾਲ ਧਰਨਾ ਲਾਇਆ ਹੈ ਇਸੇ ਤਰ੍ਹਾਂ ਦਿੱ ਆਗਲੋਈ ਰੇਲਵੇ ਸਟੇਸ਼ਨ ਤੇ ਨੌਜਵਾਨਾਂ ਨੇ ਰੇਲ ਗੱਡੀ ਰੋਕ ਦਿੱਤੀ ਗੱਡੀ ਕਰੀਬ ਅੱਧਾ ਘੰਟਾ ਉੱਥੇ ਰੁਕੀ ਰਹੀ ਗੁੱਸੇ ਵਿੱਚ ਆਏ ਨੌਜਵਾਨ ਰੇਲ ਪਟੜੀਆਂ 'ਆਲ ਕੇ ਬੈਠੇ ਰਹੇ ਪਲਵਲ ਦੇ ਡੀਸੀ ਦਫ਼ਤਰ ਦੇ ਬਾਹਰ ਪੱਥਰਬਾਜ਼ੀ ਹੋਈ ਪੁਲਿਸ ਦੀ ਗੱਡੀ ਨੂੰ ਅੱਗ ਲਾ ਦਿੱਤੀ ਗਈ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਫੌਜੀ ਉਮੀਦਵਾਰਾਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਗੋਲੀਆਂ ਵੀ ਚਲਾਈਆਂ ਯੂਪੀ ਦੇ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਵਿਦਿਆਰਥੀਆਂ ਨੇ ਬੁਲੰਦ ਸ਼ਹਿਰ ਵਿੱਚ ਜੀਟੀ ਰੋਡ ਜਾਮ ਕਰ ਦਿੱਤਾ ਹਥਿਆਰਬੰਦ ਬਲਾਂ ਦੇ ਵਿੱਚ ਥੋੜੇ ਸਮੇਂ ਦੇ ਲਈ ਭਰਤੀ ਦੀ ਇਜਾਜ਼ਤ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਕਹਿੰਦੇ ਕੋਈ ਰੈਂਕ ਨਹੀਂ ਕੋਈ ਪੈਨਸ਼ਨ ਨਹੀਂ 2 ਸਾਲਾਂ ਤੋਂ ਕੋਈ ਸਿੱਧੀ ਭਰਤੀ ਨਹੀਂ 4 ਸਾਲਾਂ ਬਾਅਦ ਕੋਈ ਸਥਿਰ ਭਵਿੱਖ ਨਹੀਂ ਫੌਜ ਲਈ ਕੋਈ ਸਰਕਾਰ ਦਾ ਸਨਮਾਨ ਨਹੀਂ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ ਉਹਨਾਂ ਦੇ ਸਬਰ ਦੀ ਅਗਨੀ ਪ੍ਰੀਖਿਆ ਨਾ ਲਵੋ ਪ੍ਰਧਾਨ ਮੰਤਰੀ ਜੀ ਇਸ ਦਰਮਿਆਨ ਬੀਜੇਪੀ ਦੇ ਹੀ ਲੀਡਰ ਤੇ ਸੰਸਦ ਮੈਂਬਰ ਵਰਨ ਗਾਂਧੀ ਨੇ ਵੀ ਟਵੀਟ ਕੀਤਾ ਕਿ ਸਤਕਾਰਯੋਗ ਰਾਜਨਾਥ ਸਿੰਘ ਜੀ ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਦੇ ਨੌਜਵਾਨਾਂ ਦੇ ਮਨਾਂ ਵਿੱਚ ਕਈ ਸਵਾਲ ਨੇ ਭੰਬੜ ਪੂਸੇ ਦੀ ਸਥਿਤੀ ਵਿੱਚੋਂ ਉਹਨਾਂ ਨੂੰ ਕੱਢਣ ਲਈ ਸਰਕਾਰ ਨੂੰ ਇਸ ਸਕੀਮ ਦੇ ਨਾਲ ਸੰਬੰਧਿਤ ਨੀਤੀਗਤ ਤੱਥਾਂ ਨੂੰ ਛੇਤੀ ਤੋਂ ਛੇਤੀ ਸਾਹਮਣੇ ਰੱਖ ਕੇ ਆਪਣਾ ਸਪਸ਼ਟ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਫੌਜ ਦੇ ਵਿੱਚ 15 ਸਾਲ ਦੀ ਸੇਵਾ ਤੋਂ ਬਾਅਦ ਰਿਟਾਇਰ ਹੋਣ ਵਾਲੇ ਰੈਗੂਲਰ ਸਿਪਾਹੀ ਕਾਰਪੋਰੇਟ ਸੈਕਟਰ ਦੇ ਵਿੱਚ ਭਰਤੀਕਰਨ ਦੇ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਉਂਦੇ ਤਾਂ 4 ਸਾਲਾਂ ਬਾਅ ਬਿਰੰਦਾ ਕੀ ਹੋਊਗਾ ਭਾਜਪਾ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਵੀ ਮੋਦੀ ਸਰਕਾਰ ਨੂੰ ਘੇਰਿਆ ਹੈ ਕੇਂਦਰ ਸਰਕਾਰ ਨੂੰ ਫਿਰ ਤੋਂ ਇਸ ਫੈਸਲੇ ਤੇ ਵਿਚਾਰ ਕਰਨ ਦੀ ਮੰਗ ਕੀਤੀ ਹੈ ਮਾਇਆਵਤੀ ਨੇ ਕਿਹਾ ਕਿ ਫੌਜ ਤੇ ਸਰਕਾਰੀ ਨੌਕਰੀਆਂ ਦੇ ਵਿੱਚ ਪੈਨਸ਼ਨ ਲਾਭਾਦ ਨੂੰ ਖਤਮ ਕਰਨ ਲਈ ਸਰਕਾਰ ਫੌਜ ਦੇ ਵਿੱਚ ਸਿਪਾਈਆਂ ਦੀ ਭਰਤੀ ਨੂੰ ਕਟੌਤੀ ਦੇ ਨਾਲ ਨਾਲ ਸਿਰਫ 4 ਸਾਲ ਤੱਕ ਸੀਮਿਤ ਕਰ ਰਹੀ ਹੈ ਸਰਾ ਸਰ ਬੇਇਨਸਾਫੀ ਹੈ ਗਰੀਬ ਤੇ ਪਿੰਡੂ ਨੌਜਵਾਨਾਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਇੱਕ ਖਿਲਵਾੜ ਹੈ ਬਿਲਕੁਲ ਇਹ ਬਹੁਤ ਵੱਡਾ ਫੈਕਟ ਹੈ ਕਿ ਫੌਜ ਦੇ ਵਿੱਚ ਭਰਤੀ ਜਿੰਨੇ ਵੀ ਸਿਪਾਹੀ ਹੁੰਦੇ ਨੇ ਜਿੰਨੇ ਵੀ ਫੌਜੀ ਦੇਸ਼ ਦੀਆਂ ਸਰਹੱਦਾਂ ਤੇ ਜੰਗ ਲੜਦੇ ਨੇ ਉਹ ਪਿੰਡਾਂ ਤੋਂ ਹੀ ਜਾਂਦੇ ਨੇ ਕੋਈ ਵੀ ਲੀਡਰ ਇਹੋ ਜਿਹਾ ਨਹੀਂ ਜਿਹੜਾ ਆਪਣੇ ਪੁੱਤਰ ਨੂੰ ਫੌਜ ਦੇ ਵਿੱਚ ਲੜਨ ਦੇ ਲਈ ਮਰਨ ਦੇ ਲਈ ਭੇਜਦੇਵੇ ਸ਼ਹਿਰੀ ਲੋਕ ਵੀ ਕੱਟ ਭੇਜਦੇ ਨੇ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਜਿਹੜੇ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਨੇ ਉਹ ਜਾ ਕੇ ਫੌਜ 'ਚ ਭਰਤੀ ਹੁੰਦੇ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਲੇਸ਼ ਜਾਦਵ ਨੇ ਕਿਹਾ ਕਿ ਦੇਸ਼ ਦੇ ਭਵਿੱਖ ਤੇ ਦੇਸ਼ ਦੇ ਨੌਜਵਾਨਾਂ ਦੇ ਲਈ ਇਹ ਫੈਸਲਾ ਘਾਤਕ ਸਾਬਿਤ ਹੋਏਗਾ ਇਸੇ ਦਰਮਿਆਨ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੌਜਵਾਨਾਂ ਨੂੰ ਸਮਝਾ ਰਹੇ ਨੇ ਕਹਿੰਦੇ ਇਹ ਯੋਜਨਾ ਨੌਜਵਾਨਾਂ ਦੇ ਭਵਿੱਖ ਨੂੰ ਚੰਗਾ ਕਰੇਗੀ ਨੌਜਵਾਨ ਦੋਸਤੋ ਅਗਨੀ ਪਥ ਯੋਜਨਾ ਤੁਹਾਡੇ ਜੀਵਨ ਨੂੰ ਨਵਾਂ ਨਵੀਂ ਗਤੀ ਪ੍ਰਦਾਨ ਕਰਨ ਦੇ ਨਾਲ-ਨਾਲ ਭਵਿੱਖ ਨੂੰ ਸੁਨਹਿਰੀ ਨੀਂਹ ਦੇਵੇਗੀ ਤੁਸੀਂ ਕਿਸੇ ਭੁਲੇਖੇ ਦੇ ਵਿੱਚ ਨਾ ਪਵੋ ਕਹਿੰਦੇ ਉੱਤਰ ਪ੍ਰਦੇਸ਼ ਸਰਕਾਰ ਪੁਲਿਸ ਤੇ ਹੋਰ ਸੇਵਾਵਾਂ ਦੇ ਵਿੱਚ ਫਾਇਰ ਫਾਈਟਰਾਂ ਨੂੰ ਤਰਜੀ ਦੇਵੇਗੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਗਨੀ ਪਥ ਯੋਜਨਾ ਤੋਂ ਨਾਰਾਜ਼ ਨੌਜਵਾਨਾਂ ਦੀ ਮੰਗ ਇੱਕਦਮ ਸਹੀ ਹੈ ਇਹ ਯੋਜਨਾ ਵਾਪਸ ਲਈ ਚਾਹੀਦੀ ਹੈ ਇਸ ਦਰਮਿਆਨ ਸਰਕਾਰੀ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਅਗਨੀ ਪਥ ਯੋਜਨਾ ਦੇ ਤਹਿਤ ਫੌਜੀ ਰੈਜਿਮੈਂਟਲ ਪ੍ਰਣਾਲੀ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਸ ਦੇ ਲਾਗੂ ਹੋਣ ਦੇ ਪਹਿਲੇ ਸਾਲ ਦੇ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਹਥਿਆਰਬੰਦ ਬਲਾਂ ਦੇ ਵਿੱਚ ਸਿਰਫ 3% ਹੀ ਹੋਵੇਗੀ ਨਵੀਂ ਪ੍ਰਣਾਲੀ ਦੇ ਵਿੱਚ ਨਵੀਂ ਪ੍ਰਣਾਲੀ ਨੂੰ ਲੈ ਕੇ ਜੋ ਦੇਸ਼ ਪੱਧਰੀ ਰੋਸ ਮੁਜ਼ਾਰੇ ਹੋ ਰਹੇ ਨੇ ਉਸ ਦਰਮਿਆਨ ਸਰਕਾਰੀ ਸੂਤਰਾਂ ਦੇ ਵੱਲੋਂ ਇਹ ਗੱਲ ਦੱਸੀ ਗਈ ਹੈ ਚੰਡੀਗੜ੍ਹ ਦੇ ਸੈਕਟਰ 27 ਦੇ ਪਾਰਕ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਗਏ ਕੌਮੀ ਪੱਧਰ ਦੇ ਨਿਸ਼ਾਨੇ ਵਾਸਤੇ ਐਡਵੋਕੇਟ ਸੁਖਮਨ ਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦੇ ਪਰਿਵਾਰ ਨੂੰ ਕਤਲ ਮਾਮਲੇ ਵਿੱਚ ਇਨਸਾਫ ਦੀ ਆਸ ਵੱਜ ਗਈ ਹੈ ਮੁਹਾਲੀ ਦੇ ਫੇਸ 3 ਵੀ 2 ਸਥਿਤ ਆਪਣੇ ਨਿਵਾਸ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਸਿੱਪੀ ਸਿੱਧੂ ਦੀ ਮਾਂ ਦਿਪਿੰਦਰ ਕੌਰ ਅਤੇ ਛੋਟੇ ਭਰਾ ਜਿੱਪੀ ਸਿੱਧੂ ਨੇ ਰੱਬ ਦਾ ਸ਼ੁਕਰ ਕਰਦਿਆਂ ਕਿਹਾ ਕਿ ਸੀਬੀਆਈ ਦੇ ਵੱਲੋਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਜੱਜ ਸੁਬੀਨਾ ਦੀ ਤੀਕ ਲਿਆਣੀ ਨੂੰ ਗ੍ਰਿਫਤਾਰ ਕਰਨ ਨਾਲ ਅਸੀਂ ਅੱਧੀ ਲੜਾਈ ਤਾਂ ਜਿੱਤ ਹੀ ਲਈ ਹੈ ਕਾਤਲਾਂ ਨੂੰ ਸਖਤ ਸਜ਼ਾ ਦੇਣ ਲਈ ਅਸੀਂ ਅੱਗੇ ਵੀ ਤਕੜੇ ਹੋ ਕੇ ਜੰਗ ਲੜਾਂਗੇ ਉਨਾ ਕਿਹਾ ਕਿ ਸਾਨੂੰ ਨਿਆਪਾਲਕਾ ਤੇ ਭਰੋਸਾ ਹੈ ਜਦੋਂ ਤੱਕ ਇਸ ਕੇਸ ਦੀ ਸੁਣਵਾਈ ਅਦਾਲਤ ਵਿੱਚ ਚੱਲੇਗੀ ਉਦੋਂ ਤੱਕ ਕਾਰਜਕਾਰੀ ਚੀਫ ਜਸਟਿਸ ਨੂੰ ਲੰਬੀ ਛੁੱਟੀ ਤੇ ਭੇਜਿਆ ਜਾਵੇ ਤਾਂ ਕਿ ਕੋਰਟ ਦੀ ਕਾਰਵਾਈ ਪ੍ਰਭਾਵਿਤ ਨਾ ਹੋਵੇ ਇਹ ਮੰਗ ਕੀਤੀ ਹੈ ਸਿੱਪੀ ਦੇ ਪਰਿਵਾਰ ਨੇ ਰੋਸਾ ਵੀ ਜ਼ਾਹਤਾ ਹੈ ਕਹਿੰਦੇ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਕਤਲकांड ਦੇ ਵਿੱਚ ਸਿੱਪੀ ਦੀ ਦੋਸਤ ਅਤੇ ਜੱਜ ਦੀਤੀ ਦਾ ਹੱਥ ਹੈ ਪਰ ਯੂਟੀ ਪੁਲਿਸ ਨੇ ਜੱਜ ਦੀਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ ਕਲਿਆਣੀ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ 42 ਦੀ ਪ੍ਰੋਫੈਸਰ ਹੈ ਕਰੀਬ 7 ਸਾਲ ਪਹਿਲਾਂ ਸਿੱਪੀ ਸਿੱਧੂ ਦਾ ਚੰਡੀਗੜ੍ਹ ਦੇ 27 ਸੈਕਟਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਬੰਧਤ 22 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਿਸਾਨਾਂ ਦੇ ਵੱਲੋਂ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀਆਂ ਭੇਜੀਆਂ ਗਈਆਂ ਨੇ, ਮੰਗ ਪੱਤਰ ਭੇਜੇ ਗਏ ਨੇ। ਕਿਸਾਨਾਂ ਦੀ ਜਿਹੜੀ ਬੇਕਦਰਹੀ ਹੋ ਰਹੀ ਹੈ ਅਤੇ ਅਨਾਜ ਦੀਆਂ ਮੰਡੀਆਂ ਦੇ ਵਿੱਚ ਮੂੰਗੀ ਤੇ ਮੱਕੀ ਦੀ ਫਸਲ ਦੀ ਬੇਕਦਰਹੀ ਹੋ ਰਹੀ ਹੈ, ਉਸ ਦੇ ਖਿਲਾਫ ਕਿਸਾਨਾਂ ਨੇ ਸੰਘਰਸ਼ ਵਿੜਿਆ ਹੋਇਆ ਹੈ। ਉਧਰ ਪੰਜਾਬ ਹਿੜਾ ਹਾਈ ਕੋਰਟ ਨੇ ਮੁਹਾਲੀ ਦੇ ਮੁੱਲਾਂਪੁਰ ਪਿੰਡ ਦੇ 70 ਕਿਸਾਨ ਪਰਿਵਾਰਾਂ ਨੂੰ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਪੰਚਾਇਤੀ ਵਿਭਾਗ ਦੇ ਨੋਟਿਸ ਤੇ ਸਟੇ ਲਾ ਦਿੱਤਾ ਹੈ ਪੰਚਾਇਤ ਵਿਭਾਗ ਨੇ ਜ਼ਮੀਨ ਖਾਲੀ ਕਰਨ ਦਾ ਨੋਟਿਸ ਦਿੱਤਾ ਸੀ ਪਰਿਵਾਰ 110 ਸਾਲ ਤੋਂ ਇੱਥੇ ਖੇਤੀ ਕਰ ਰਹੇ ਸੀ ਤੇ ਫਿਰ ਇਹ ਪਰਿਵਾਰ ਕੋਰਟ ਦੇ ਵਿੱਚ ਪਹੁੰਚ ਗਏ ਕੋਰਟ ਦੇ ਵਿੱਚ ਕੇਸ ਤੇ باوجود ਏਡੀਸੀ ਮੁਹਾਲੀ ਨੇ ਨੋਟਿਸ ਜਾਰੀ ਕਰ ਦਿੱਤਾ ਸੀ ਇਸ ਦੇ ਖਿਲਾਫ ਕਿਸਾਨ ਹਾਈ ਕੋਰਟ ਪਹੁੰਚੇ ਸੀ ਤੇ ਹਾਈ ਕੋਰਟ ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਸਟੇ ਦਾ ਹੁਕਮ ਦੇ ਦਿੱਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਨੂੰ ਰੋਕਣ ਦੇ ਲਈ ਵਿਦਿਆਰਥੀ ਜਥੇਬੰਦੀ ਸਾਥ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਲ ਮੁਲਾਕਾਤ ਕੀਤੀ ਜਥੇਬੰਦੀ ਦੇ ਨੁਮਾਇੰਦਿਆਂ ਨੇ ਸਪੀਕਰ ਸੰਧਵਾ ਨੂੰ ਅਪੀਲ ਕੀਤੀ ਕਿ ਉਹ ਸਪੀਕਰ ਹੋਣ ਦੇ ਨਾਤੇ ਵਿਧਾਨ ਸਭਾ ਦਾ ਖਾਸ اجلاس ਬੁਲਾਉਣ ਤੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਵਿਰਾਸਤ ਐਲਾਨਦੇ ਇਸ ਵਿੱਚ ਪੰਜਾਬ ਦੇ ਵਿਦਿਆਰਥੀਆਂ ਤੇ ਮੁਲਾਜ਼ਮਾਂ ਦਾ ਕੋਟਾ ਤੈਅ ਕਰਨ ਦਾ ਮਤਾ ਪਾਉਣ ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਦਸਤਾਰ ਦਿਵਸ ਐਕਟ ਪਾਸ ਕਰਨ ਦਾ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਵਾਗਤ ਕੀਤਾ ਹੈ ਪਾਸ ਹੋਏ ਐਕਟ ਦੇ ਮੁਤਾਬਿਕ ਹੁਣ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿੱਚ ਹਰ ਸਾਲ 13 ਅਪ੍ਰੈਲ ਨੂੰ ਦਸਤਾਰ ਦਿਵਸ ਮਨਾਇਆ ਜਾਇਆ ਕਰੇਗਾ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਦਸਤਾਰ ਸਿੱਖ ਦੀ ਰਹਿਣੀ ਦਾ ਇੱਕ اٹਟ ਹਿੱਸਾ ਹੈ ਤੇ ਪੂਰੀ ਦੁਨੀਆ ਵਿੱਚ ਵਸੇ ਸਿੱਖ ਦਸਤਾਰਾਂ ਸਜਾ ਕੇ ਪਛਾਣ ਨੂੰ ਹੋਰ ਉੱਚਾ ਕਰਦੇ ਨੇ ਧਾਮੀ ਨੇ ਮੈਨੀਟੋਬਾ ਸੂਬੇ ਦੀ ਸਰਕਾਰ ਦਾ ਧੰਨਵਾਦ ਵੀ ਕੀਤਾ ਅਤੇ ਸਿੱਖਾਂ ਨੂੰ ਮੁਬਾਰਕ ਬਾਦ ਵੀ ਦਿੱਤੀ ਹੈ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਰੈਂਪ ਗੇਟ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਫੈਸਲਾ ਲਿਆ ਹੈ ਸਰਕਾਰ ਨੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਨੇ ਕਿ ਪੰਜਾਬ ਸਿਵਲ ਸਕੱਤਰੇਤ ਦੇ ਵਿੱਚ ਵੱਖ-ਵੱਖ ਵਿਭਾਗਾਂ ਤੇ ਦਫ਼ਤਰਾਂ ਦੇ ਸਾਰੇ ਮੁਲਾਜ਼ਮਾਂ ਦੇ ਲਈ ਰੈਂਪ ਗੇਟ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਂਦਾ ਹੈ ਫਰੰਟ ਸਾਈਡ ਤੋਂ ਆਉਣ ਵਾਲੇ ਸਾਰੇ ਮੁਲਾਜ਼ਮ ਤੇ ਮੁਲਾਕਾਤੀਆਂ ਨੂੰ ਨੀਲੇ ਰੰਗ ਦੇ ਦਰਵਾਜ਼ੇ ਰਾਹੀਂ ਆਉਣ ਲਈ ਕਿਹਾ ਗਿਆ ਹੈ ਮੋਹਾਲੀ ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਜ਼ਿਰਖਪੁਰ ਤੋਂ ਖਬਰ ਹੈ ਜਿੱਥੇ ਬਿਜਲੀ ਸਪਲਾਈ ਲਗਾਤਾਰ ਕਈ ਘੰਟਿਆਂ ਤੋਂ ਠੱਪ ਹੈ ਤੇ 24 ਘੰਟੇ ਹਲੇ ਬਿਜਲੀ ਆਉਣ ਨੂੰ ਹੋਰ ਲੱਗਣਗੇ ਸ਼ਹਿਰ ਦੇ ਵਿੱਚ ਲੰਗੀ ਸ਼ਾਮ ਝੱਖੜ ਤੇ ਮੀਂਹ ਕਾਰਨ ਬਿਜਲੀ ਸੰਕਟ ਖੜਾ ਹੋ ਗਿਆ ਬਿਜਲੀ ਸਪਲਾਈ ਕਰਨ ਵਾਲੀ ਮੇਨ ਲਾਈਨ ਦੇ ਤਿੰਨ ਟਾਵਰ ਜੜ ਤੋਂ ਉਖੜ ਕੇ ਡਿੱਗ ਪਏ ਜਿਸ ਕਾਰਨ ਗ੍ਰਿਡ ਨੂੰ ਸਪਲਾਈ ਹੋਣ ਵਾਲੇ ਸਾਰੇ ਫੀਡਰਾਂ ਤੋਂ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਗ੍ਰਿਡ ਤੋਂ ਸਪਲਾਈ ਹੋਣ ਵਾਲੇ ਪਵਾਤ ਖੇਤਰ ਲੋਗੜ ਖੇਤਰ ਪਿੰਡ ਛੱਤ ਸਣੇ 100 ਦੇ ਕਰੀਬ ਰਹਾਇਸ਼ੀ ਕਲੋਨੀਆਂ ਦੇ ਵਿੱਚ ਬਿਜਲੀ ਟੱਪ ਪਈ ਹੈ ਪਾਵਰਕਾਮ ਦੇ ਅਧਿਕਾਰੀ ਬੁੱਧਵਾਰ ਰਾਤ ਤੋਂ ਹੀ ਸਪਲਾਈ ਬਹਾਲ ਕਰਨ ਵਿੱਚ ਜੁਟੇ ਹੋਏ ਨੇ ਪਰ ਬਿਜਲੀ ਸਪਲਾਈ ਕਰਨ ਨੂੰ 24 ਘੰਟੇ ਦਾ ਸਮਾਂ ਹੋਰ ਲੱਗਣ ਦੀ ਸੰਭਾਵਨਾ ਹੈ ਲੋਕ ਬੜੇ ਪਰੇਸ਼ਾਨ ਨੇ ਦੁਖੀ ਨੇ ਅਤੇ ਉਹਨਾਂ ਦੇ ਘਰੇਲੂ ਤੇ ਹੋਰ ਕੰਮ ਵੀ ਪ੍ਰਭਾਵਿਤ ਹੋ ਰਹੇ ਨੇ ਭਾਰਤ ਦੇ ਵਿੱਚ ਹਵਾਈ ਜਹਾਜ਼ ਦੇ ਤੇਲ ਦੀਆਂ ਕੀਮਤਾਂ ਦੇ ਵਿੱਚ 16% ਦੀ ਵਾਧਾ ਕੀਤਾ ਗਿਆ ਹੈ ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ ਹੁਣ ਦੇਸ਼ ਭਰ ਦੇ ਵਿੱਚ ਹਵਾਈ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ਰਿਕਾਰਡ ਨਵੇਂ ਪੱਧਰ ਤੇ ਪਹੁੰਚ ਗਈਆਂ ਨੇ ਅਤੇ ਤੇਲ ਕੀਮਤਾਂ ਵਿੱਚ ਵਾਧੇ ਤੇ ਰੁਪਏ ਦੀ ਕੀਮਤ ਵਿੱਚ ਗਿਰਾਵਟ ਕਾਰਨ ਘਰੇਲੂ 에ਅਰਲਾਈਨਸ ਕੋਲ ਹਵਾਈ ਕਿਰਾਏ ਵਿੱਚ ਫੌਰੀ ਵਾਧਾ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਹੈ ਇਹ ਕਿਹਾ ਹੈ 에ਅਰਲਾਈਨ ਸਪਾਈਸ ਜਟ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਅਜੇ ਸਿੰਘ ਨੇ ਉਹਨਾਂ ਨੇ ਕਿਹਾ ਕਿ ਹਵਾਈ ਕੰਪਨੀਆਂ ਨੂੰ ਹਵਾਈ ਸੇਵਾਵਾਂ ਜਾਰੀ ਰੱਖਣ ਲਈ ਕਿਰਾਏ ਦੇ ਵਿੱਚ ਘੱਟੋ ਘੱਟ 10 ਤੋਂ 15 ਫੀਸਦੀ ਦਾ ਵਾਧਾ ਕਰਨਾ ਜ਼ਰੂਰੀ ਹੈ ਤੇ ਤੁਰੰਤ ਕਰਨਾ ਜ਼ਰੂਰੀ ਹੈ। پیغمبر ਮੁਹੰਮਦ ਸਾਹਿਬ ਦੇ ਖਿਲਾਫ ਉਹ ਨੂਪੁਰ ਸ਼ਰਮਾ ਦੇ ਵੱਲੋਂ ਕੀਤੀ ਗਈ અપਮਾਨਜਨਕ ਟਿੱਪਣੀ ਤੋਂ ਬਾਅਦ ਜਦੋਂ ਦੇਸ਼ ਦੇ ਵਿੱਚ ਮਾਹੌਲ ਖਰਾਬ ਹੋਇਆ ਉਸ ਤੋਂ ਬਾਅਦ ਯੂਪੀ ਦੇ ਵਿੱਚ ਘਰਾਂ ਨੂੰ ਢਾਇਆ ਗਿਆ ਸਰਕਾਰ ਦੇ ਵੱਲੋਂ ਤਾਂ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਲੰਗੇ ਹਫ਼ਤੇ ਹੋਈ ਹਿੰਸਾ ਦੇ ਮੋਲਜਮਾਂ ਦੇ ਘਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਢਾਉਣ ਦੇ ਦੋਸ਼ਾਂ ਵਾਲੀਆਂ ਪਟੀਸ਼ਨਾਂ ਤੇ ਆਪਣਾ ਜਵਾਬ ਦਾਖਲ ਕਰਨ ਦੇ ਲਈ 3 ਦਿਨ ਦਾ ਸਮਾਂ ਦਿੱਤਾ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਸਭ ਕੁਝ ਨਿਰਪੱਖ ਹੋਣਾ ਚਾਹੀਦਾ ਹੈ। ਅਦਾਲਤ ਅਧਿਕਾਰੀਆਂ ਤੋਂ ਕਾਨੂੰਨ ਦੇ ਅਧੀਨ ਪ੍ਰਕਿਰਿਆ ਦੀ ਸਖਤੀ ਨਾਲ ਪਾਲਣਾਂ ਦੀ ਉਮੀਦ ਕਰਦੀ ਹੈ ਇਹ ਹੁਕਮ ਦਿੱਤਾ ਹੈ ਸੁਪਰੀਮ ਕੋਰਟ ਨੇ ਹੁਣ ਦੇਖਣਾ ਹੋਊਗਾ ਕਿ ਯੂਪੀ ਦੀ ਯੋਗੀ ਸਰਕਾਰ ਕਿੰਨੇ ਕੁ ਇਮਾਨਦਾਰੀ ਦੇ ਨਾਲ ਕਿੰਨੀ ਕੁ ਨਿਰਪੱਖਤਾ ਦੇ ਨਾਲ ਇਹ ਜਵਾਬ ਦਿੰਦੀ ਹੈ ਉਰਦੂ ਦੇ ਵਿਦਵਾਨ ਅਤੇ ਸਾਹਿਤਕ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੋਪੀ ਚੰਦ ਨਾਰੰਗ ਦਾ ਬੁੱਧਵਾਰ ਨੂੰ ਅਮਰੀਕਾ ਦੇ ਵਿੱਚ ਤੇਹਾਂਤ ਹੋ ਗਿਆ 91 ਸਾਲ ਦੀ ਉਹਨਾਂ ਦੀ ਉਮਰ ਸੀ ਆਪਣੇ ਪੁੱਤਰ ਡਾਕਟਰ ਤਰुण ਨਾਰੰਗ ਦੇ ਨਾਲ ਨਾਰਥ ਕੈਰੋਲਿਨਾ ਦੇ ਸ਼ਾਰਲਟ ਦੇ ਵਿੱਚ ਉਹ ਰਹਿੰਦੇ ਸੀ ਪ੍ਰੋਫੈਸਰ ਨਾਰੰਗ ਨੇ ਲਗਭਗ 60 ਤੋਂ ਵੱਧ ਕਿਤਾਬਾਂ ਲਿਖੀਆਂ ਉਹਨਾਂ ਦੀਆਂ ਰਚਨਾਵਾਂ ਉਰਦੂ ਗਜ਼ਲ ਅਤੇ ਹਿੰਦੁਸਤਾਨੀ ਤਹਿਜ਼ੀਬ ਨੂੰ ਖੂਬਸੂਰਤੀ ਦੇ ਨਾਲ ਪੇਸ਼ ਕਰਦੀਆਂ ਸੀ ਯੂਕਰੇਨ ਤੇ ਰੂਸ ਦੇ ਹਮਲੇ ਨੂੰ 100 ਦਿਨਾਂ ਤੋਂ ਵੱਧ ਸਮਾਂ ਹੋ ਚੱਲਿਆ ਇਸ ਦਰਾਂ ਅਮਰੀਕਾ ਤੇ ਬਰਤਾਨੀਆਸ ਜ਼ਿਆਦਾਤਰ ਯੂਰਪੀ ਦੇਸ਼ਾਂ ਨੇ ਯੂਕਰੇਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ ਉਂਝ ਤਾਂ ਚੀਨ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹੈ ਕਿ ਉਹ ਸ਼ਾਂਤੀਪੂਰਨ ਹੱਲ ਦੇ ਪੱਖ ਵਿੱਚ ਹੈ ਪਰ ਚੀਨ ਨੇ ਇਸ ਸਬੰਧ ਵਿੱਚ ਆਪਣੀ ਭੂਮਿਕਾ ਨੂੰ ਨਿਰਪੱਖ ਦੱਸੀ ਹੈ 15 ਜੂਨ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੋਨ 'ਤੇ ਗੱਲਬਾਤ ਕੀਤੀ ਏਐਫਪੀ ਨਿਊਜ਼ ਏਜੰਸੀ ਦੇ ਮੁਤਾਬਕ ਸ਼ੀ ਜਿਨਪਿੰਗ ਨੇ ਪੁਤਿਨ ਨੂੰ ਆਪਣੇ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਦੇ ਲਈ ਬੀਜਿੰਗ ਦੇ ਸਮਰਥਨ ਦਾ ਪ੍ਰੋਸਾ ਦਿੱਤਾ ਹੈ ਤੇ ਇਸ ਤੋਂ ਬਾਅਦ ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਹੈ ਕਿ ਜਿਹੜੇ ਦੇਸ਼ ਇਸ ਯੁੱਧ ਦੇ ਵਿੱਚ ਰੂਸ ਦੇ ਨਾਲ ਨੇ ਉਹਨਾਂ ਨੂੰ ਇਤਿਹਾਸ ਵਿੱਚ ਗਲਤ ਪੱਖ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੇ ਰੂਪ ਵਿੱਚ ਯਾਦ ਕੀਤਾ ਜਾਊਗਾ ਜਾਣਿਆ ਜਾਊਗਾ ਅਮਰੀਕੀ ਵਿਦੇਸ਼ੀ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਜਿੱਥੇ ਚੀਨ ਨਿਰਪੱਖ ਹੋਣ ਦਾ ਦਾਵਾ ਕਰਦਾ ਹੈ ਉੱਥੇ ਦੂਸਰੇ ਪਾਸੇ ਉਸ ਦਾ ਵਿਵਹਾਰ ਇਸ ਗੱਲ ਦਾ ਸਪਸ਼ਟ ਸੰਕੇਤ ਦਿੰਦਾ ਹੈ ਕਿ ਉਹ ਰੂਸ ਨਾਲ ਆਪਣੇ ਸਬੰਧ ਹੋਰ ਗੂੜੇ ਕਰ ਰਿਹਾ ਹੈ ਚੀਨੀ ਕਸਟਮ ਦੇ ਅੰਕੜਿਆਂ ਦੇ ਮੁਤਾਬਕ ਰੂਸ ਦੇ ਨਾਲ ਚੀਨ ਦਾ ਦੁਵੱਲਾ ਵਪਾਰ ਪਿਛਲੇ ਸਾਲ ਦੇ ਮੁਕਾਬਲੇ ਸਾਲ ਦੀ ਪਹਿਲੀ ਤਮਾਹੀ ਦੇ ਵਿੱਚ 28% ਦੀ ਵਧਿਆ ਹੈ। ਪਾਕਿਸਤਾਨ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਹੋਰ ਮਹਿੰਗਾ ਹੋ ਗਿਆ। ਪੈਟਰੋਲ 233 ਰੁਪਏ ਪ੍ਰਤੀ ਲੀਟਰ ਹੋ ਗਿਆ ਜਦਕਿ ਡੀਜ਼ਲ 59 ਰੁਪਏ ਪ੍ਰਤੀ ਲੀਟਰ ਹੋ ਗਿਆ। ਪ੍ਰਤੀ ਲੀਟਰ 24 ਰੁਪਏ 3 ਪੈਸੇ ਦਾ ਵਾਧਾ ਕੀਤਾ ਗਿਆ ਹੈ। ਪਾਕਿਸਤਾਨ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਦੀਆਂ ਹੋਈਆਂ ਕੀਮਤਾਂ 16 ਜੂਨ ਤੋਂ ਲਾਗੂ ਹੋ ਚੁੱਕੀਆਂ ਨੇ ਤੇ ਤੇਲ ਕੀਮਤਾਂ ਦੇ ਵਿਵਾਦੇ ਤੋਂ ਬਾਅਦ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪਿਛਲੀ ਸਰਕਾਰ ਨੂੰ ਕੋਸਿਆ ਹੈ ਸ਼ਰੀਫ ਨੇ ਲਿਖਿਆ ਕਿ ਪੈਟਰੋਲ ਤੇ ਡੀਜ਼ਲ ਦੇ ਭਾਅ ਵਧਣ ਨਾਲ ਜੋ ਅਸਰ ਪਵੇਗਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਪਿਛਲੀ ਸਰਕਾਰ ਦੇ ਆਈਐਮਐਫ ਨਾਲ ਹੋਏ ਸੌਦੇ ਦੇ ਕਾਰਨ ਸਰਕਾਰ ਕੋਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਪਰ ਅਸੀਂ ਛੇਤੀ ਹੀ ਸਾਰਥਿਕ ਚੁਣੌਤੀ ਚੋਂ ਬਾਹਰ ਆ ਜਾਵਾਂਗੇ ਯਾਨੀ ਕਿ ਨਵੇਂ ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਤੇ ਸਾਰੀ ਗਾਜ ਸੁੱਟ ਦਿੰਦੀ ਹੈ ਹਾਲਾਂਕਿ ਇਸ ਸੰਕਟ ਦੇ ਵਿੱਚੋਂ ਛੇਤੀ ਨਿਕਲਣ ਦਾ ਦਾਵਾ ਵੀ ਉਹਨਾਂ ਨੇ ਕੀਤਾ ਹੈ ਜਾਂਦੇ ਜਾਂਦੇ ਇੱਕ ਹੋਰ ਜ਼ਰੂਰੀ ਖਬਰ ਤੁਹਾਨੂੰ ਦੱਸ ਦਿੰਨੇ ਆ ਭਾਰਤ ਪਾਕਿਸਤਾਨ ਦੀ ਸਾਂਝੀ ਜਾਂਚ ਚੌਂਕੀ ਅਟਾਰੀ ਵਾਗਾ ਸਰਹੱਦ ਤੇ ਦੋਵਾਂ ਮੁਲਕਾਂ ਦੀਆਂ ਬੀਐਸਐਫ ਤੇ ਪਾਕਿਸਤਾਨ ਰੇਂਜਰਸ ਦੇ ਵਿਚਾਲੇ ਰੋਜ਼ਾਨਾ ਸ਼ਾਮ ਦੇ ਸਮੇਂ ਜਿਹੜੀ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ ਪਰੇਡ ਹੁੰਦੀ ਹੈ ਰਿਟਰੀਟ ਸੈਰੇਮਨੀ ਜਿਸ ਨੂੰ ਕਿਹਾ ਜਾਂਦਾ ਹੈ ਉਸ ਦਾ ਸਮਾਂ ਬਦਲ ਗਿਆ ਹੈ ਮੌਸਮ ਦੇ ਬਦਲਾਅ ਦੇ ਮੱਦੇਨਜ਼ਰ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਵੱਲੋਂ ਆਪਸੀ ਸਹਿਮਤੀ ਦੇ ਨਾਲ ਇਸ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਹੁਣ ਸਮਾਂ ਜਿਹੜਾ ਹੈਗਾ 6:30 ਤੋਂ 7:00 ਵਜੇ ਤੱਕ ਦਾ ਕੀਤਾ ਗਿਆ ਹੈ ਪਹਿਲਾਂ ਰਿਟਰੀਟ ਸੈਰੇਮਨੀ ਸ਼ਾਮ 6:00 ਵਜੇ ਤੋਂ ਸ਼ੁਰੂ ਹੋ ਕੇ 6:30 ਵਜੇ ਤੱਕ ਨਿਬੜ ਜਾਂਦੀ ਸੀ ਪਰ ਹੁਣ ਇਸ ਨੂੰ ਬਦਲ ਦਿੱਤਾ ਗਿਆ ਹੈ 6:30 ਤੋਂ 7:00 ਵਜੇ ਤੱਕ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ ਧੰਨਵਾਦ